ਸਿੰਘ ਢਿੱਲੋਂ ਵੱਲੋਂ ਤੂਫਾਨੀ ਦੌਰਾ ਸ਼ਹਿਰ ਬਰਨਾਲੇ ਦਾ। ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਕਈ ਕਿੱਤੇ ਉਦਘਾਟਨ ਵਿਕਾਸ ਕਾਰਜ ਸ਼ਹਿਰ ਬਰਨਾਲੇ ਦੇ। 22 ਏਕੜ ਤੇ ਸੰਧੂ ਪੱਤੀ ਨੂੰ ਦਿੱਤਾ ਤੋਹਫਾ। ਟੋਬਾ ਸਕੀਮ ਵਿੱਚ ਬਣਨ ਜਾ ਰਿਹਾ ਹੈ ਪਾਰਕ। ਅੱਜ ਅਸੀਂ ਸ਼ਹਿਰ ਬਰਨਾਲੇ ਵਿੱਚ ਕੇਵਲ ਢਿੱਲੋਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਤੇ ਉਦਘਾਟਨ ਕੀਤਾ। ਜਿਸ ਤਰ੍ਹਾਂ 16 ਏਕੜ, 22 ਏਕੜ ਅਤੇ ਟਰੱਸਟ ਬਰਨਾਲਾ ਦੇ ਕਈ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਵਿਸ਼ਵਾਸ ਦਵਾਇਆ ਤੇ ਕਿਹਾ, ਬਰਨਾਲਾ ਜ਼ਿਲ੍ਹਾ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਇੱਕ ਸਮਾਰਟ ਸ਼ਹਿਰ ਹੋਊਗਾ। ਗੂਗਲ ਵਿੱਚ ਇਸ ਦੀ ਐਂਟਰੀ ਹੋਵੇਗੀ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਮਾਸਕ, ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਰੱਖੋ। ਢਿੱਲੋਂ ਸਾਹਿਬ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਕੈਪਟਨ ਸਾਹਿਬ ਤੋਂ ਹੋਰ ਲਿਆਂਦੀਆਂ ਜਾਣਗੀਆਂ ਅਤੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਵਿਕਾਸ ਕਾਰਜਾਂ ਦੇ ਉਦਘਾਟਨ ਦੌਰਾਨ ਰਜਨੀਸ਼ ਕੁਮਾਰ ਆਲੂ, ਚੇਅਰਮੈਨ ਧਨੌਲਾ ਜੀਵਨ ਕੁਮਾਰ, ਮੱਖਣ ਸ਼ਰਮਾ, ਜੌਂਟੀ ਮਾਨ, ਸ਼ੀਤਲ ਕੌਰ MC, ਭੋਲਾ ਕੱਪੜਿਆਂ ਵਾਲਾ, ਰਾਜੀਵ ਲੂਬੀ ਟਰੱਸਟ ਚੇਅਰਮੈਨ, ਸੁਖਵੰਤ ਸਿੰਘ ਸੁੱਖਾ ਆਦਿ ਮੌਜੂਦ ਸਨ। ਤੁਸੀਂ ਦੇਖ ਰਹੇ ਹੋ ਦਾ ਨਿਊਜ਼ ਪੰਜਾਬ ਦੀ ਖਾਸ ਖਬਰ। ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਪਹਿਲਾਂ ਤਾਂ ਸਾਰੇ ਬਰਨਾਲਾ ਨਿਵਾਸੀਆਂ ਨੂੰ ਇਹ ਮੁਬਾਰਕਬਾਦ ਕਿ ਆਪਾਂ ਸਮਾਰਟ ਸਿਟੀ ਬਰਨਾਲਾ ਨੂੰ ਡਿਕਲੇਅਰ ਹੋਇਆ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦੇ, ਮੁੱਖ ਮੰਤਰੀ ਪੰਜਾਬ ਦੇ। ਅੱਜ ਖਾਸ ਕਰਕੇ 16 ਏਕੜ ਔਰ 22 ਏਕੜ ਦੇ ਵਿੱਚ ਇੰਟਰਲੋਕਿੰਗ ਟਾਈਲਾਂ, ਪ੍ਰੀ ਮਿਕਸ ਦਾ ਕੰਮ ਔਰ ਸੀਵਰੇਜ ਦਾ ਕੰਮ, 68 ਲੱਖ ਦਾ, 82 ਲੱਖ ਦਾ ਔਰ 80 ਲੱਖ ਦਾ, ਜਿਹੜੇ ਤਿੰਨੇ ਕੰਮ ਅੱਜ ਦਾ ਉਦਘਾਟਨ ਕੀਤਾ ਔਰ ਅਸੀਂ ਪਰਸੋਂ ਤੋਂ ਹੀ ਸ਼ੁਰੂ ਕਰਨ ਲੱਗੇ ਹਾਂ। ਔਰ ਇਹ ਚੈਲੇਂਜ ਕਰਤਾ ਸੀ ਕਿ ਅਗਲੇ 60 ਦਿਨਾਂ ਦੇ ਵਿੱਚ ਇਸ ਦੋਨੇ 16 ਏਕੜ ਔਰ 22 ਏਕੜ ਦੇ ਵਿੱਚ ਕੋਈ ਵੀ ਗਲੀ, ਕੋਈ ਬੀਹੀ, ਕੋਈ ਸੜਕ, ਹਰੇਕ 'ਤੇ ਇੰਟਰਲੋਕਿੰਗ ਟਾਈਲ ਲੱਗੇਗੀ। ਜਿੱਥੇ ਪ੍ਰੀ ਮਿਕਸ ਹੋਣਾ ਪ੍ਰੀ ਮਿਕਸ ਹੋਏਗਾ। 2 ਮਹੀਨਿਆਂ ਤੋਂ ਬਾਅਦ ਇਹ ਦੋਨੇ 16 ਏਕੜ ਅਤੇ 22 ਏਕੜ ਇੱਕ ਨਮੂਨੇ ਦੀਆਂ ਕਲੋਨੀਆਂ ਬਣਾ ਕੇ ਹਟਾਂਗੇ। ਚਲੋ ਸਾਹਿਬ, ਕੀ ਕਹਿਣਾ ਚਾਹੁੰਗੇ, ਜਿਹੜਾ ਕੋਵਿਡ ਦੀ ਵਾਪਸੀ ਹੁੰਦੀ ਜਾ ਰਹੀ ਹੈ ਉਹਨੂੰ ਰੋਕਣ ਵਾਸਤੇ ਕਾਫੀ ਜ਼ਿਆਦਾ ਪੰਜਾਬ ਸਰਕਾਰ ਵੱਲੋਂ ਉਪਰਾਲੇ ਵੀ ਕੀਤੇ ਜਾ ਰਹੇ ਨੇ, ਕਿਸ ਤਰੀਕੇ ਦਾ ਇੰਤਜ਼ਾਮ ਹੋਣਾ ਚਾਹੀਦਾ, ਜ਼ਿਲ੍ਹਾ ਸਤਰ ਦੀ ਗੱਲ ਕਰੀਏ? ਦੇਖੋ ਜੀ, ਬਹੁਤ ਤੁਸੀਂ ਵਧੀਆ ਸਵਾਲ ਪੁੱਛਿਆ, ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ। ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਦੇਖੋ ਸਟੇਟ 'ਤੇ ਸਾਰਾ ਇਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਕਿਹਾ ਕਿ ਜਿਹੜਾ ਕੋਵਿਡ ਦੀ ਸੈਕਿੰਡ ਵੇਵ ਜਿਹੜੀ ਆਈ ਆ, ਆਪਾਂ ਸਾਰਿਆਂ ਨੂੰ ਇਹ ਬੜਾ ਜ਼ਰੂਰੀ ਆ ਕਿ ਆਪਾਂ ਮਾਸਕ ਪਾ ਕੇ ਔਰ ਨਾਲ ਸੈਨੇਟਾਈਜ਼ ਕਰਕੇ ਔਰ ਡਿਸਟੈਂਸ ਮੇਨਟੇਨ ਕਰੀਏ। ਇਹ ਸਾਰਿਆਂ ਲਈ ਇਹ ਬਹੁਤ ਜ਼ਰੂਰੀ ਹੈ, ਬਿਕਾਜ਼ ਇਹ ਜਿਹੜੀ ਮਹਾਂਮਾਰੀ ਆ ਇਹ ਬਹੁਤ ਹੀ ਮਾੜੀ ਬਿਮਾਰੀ ਹੈ, ਇਹਦੇ ਤੋਂ ਆਪਾਂ ਨੂੰ ਬਚਣਾ ਚਾਹੀਦਾ, ਤਾਂ ਕਿ ਆਪਾਂ ਨੂੰ ਆਪਣਾ ਆਪ ਧਿਆਨ ਰੱਖਣਾ ਚਾਹੀਦਾ। ਸਰਕਾਰ ਵੱਲੋਂ ਵੀ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਨੇ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਕੀਤਾ ਪੰਜਾਬ ਦੇ ਲਈ, ਸਾਡੇ ਪ੍ਰਧਾਨ ਮੰਤਰੀ ਨੇ ਵੀ ਬੜਾ ਐਪਰੀਸ਼ੀਏਟ ਕੀਤਾ ਕਿ ਪੰਜਾਬ ਦੇ ਵਿੱਚ ਸਾਰੇ ਇੰਤਜ਼ਾਮ ਸਹੀ ਨੇ, ਪਰ ਇੰਤਜ਼ਾਮ ਸਹੀ ਤਾਂ ਹੋਣਗੇ ਜੇ ਆਪਾਂ ਆਪਣਾ ਖਿਆਲ ਰੱਖਾਂਗੇ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਕੋਵਿਡ ਦੀ ਸੈਕਿੰਡ ਵੇਵ ਹੁਣ ਆਈ ਆ, ਆਪਾਂ ਇਹ ਨਾ ਸਮਝੀਏ ਕਿ ਕੋਵਿਡ ਠੀਕ ਹੋ ਗਿਆ, ਕੋਵਿਡ ਠੀਕ ਨਹੀਂ ਹੋਇਆ, ਕੋਵਿਡ ਦੁਬਾਰਾ ਆ ਰਿਹਾ। ਸਾਰੇ ਇਹ ਮਾਸਕ ਪਾ ਕੇ ਰੱਖੋ, ਡਿਸਟੈਂਸ ਕਰਕੇ ਰੱਖੋ ਔਰ ਸੈਨੇਟਾਈਜ਼ ਕਰੋ, ਤੁਹਾਨੂੰ ਸਾਰਿਆਂ ਨੂੰ ਇਹ ਸਾਡੀ ਬੇਨਤੀ ਆ। ਚਲੋ ਸਾਹਿਬ, ਸਖ਼ਤ ਹਦਾਇਤਾਂ ਦਿੱਤੀਆਂ ਜਾ ਰਹੀਆਂ, ਸਾਰੇ ਪ੍ਰੀਕੋਸ਼ਨਸ ਰੱਖਣ ਦੀ ਗੱਲ ਕਹੀ ਜਾ ਰਹੀ ਹੈ, ਪਰ ਦੂਸਰੇ ਪਾਸੇ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਮਹਾਰੈਲੀ ਕਰੀ ਜਾਂਦੇ ਨੇ, ਅੱਜ ਵੀ ਇਕੱਠ ਕੀਤਾ ਜਾ ਰਿਹਾ, ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਕੈਪਟਨ ਸਾਹਿਬ ਦੀ ਗੱਲ ਇਹ ਹੈ ਵੀ ਦੇਖੋ, ਜੇ ਅਸੀਂ ਕਿਸੇ ਦੂਜੀ ਪਾਰਟੀ ਦੀ ਰੈਲੀ ਨੂੰ ਰੋਕਦੇ ਹਾਂ ਤਾਂ ਉੱਥੇ ਕਿਹਾ ਜਾਂਦਾ ਕਿ ਜੀ ਇਹ ਜਾਣ ਕੇ ਸਾਡੀ ਰੈਲੀ ਨਹੀਂ ਹੋਣ ਦਿੰਦੇ, ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਰੈਲੀ ਜਿੱਥੇ ਕਰਨੀ ਹੈ, ਜਿਵੇਂ ਅੱਜ ਵੀ ਅਸੀਂ ਇੱਥੇ ਕਿਹਾ, ਸਾਰਿਆਂ ਨੂੰ ਕਿਹਾ ਵੀ ਸੈਨੇਟਾਈਜ਼ ਵੀ ਰੱਖੇ ਆ, ਮਾਸਕ ਵੀ ਰੱਖੇ ਆ, ਸਾਰਿਆਂ ਨੂੰ ਮਾਸਕ ਵੀ ਡਿਸਟ੍ਰੀਬਿਊਟ ਕੀਤੇ ਆ ਔਰ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਦੇ ਹਾਂ, ਤਾਂ ਕਿ 3 ਚੀਜ਼ਾਂ ਦਾ, ਸਭ ਤੋਂ ਪਹਿਲਾਂ ਮਾਸਕ, ਫਿਰ ਆਪਣੇ ਸੈਨੇਟਾਈਜ਼ ਕਰੋ, ਆਪਣੇ ਆਪਦੇ ਹੱਥ ਜਿਹੜੇ ਹੈਗੇ ਧੋ ਕੇ, ਔਰ ਉਦੋਂ ਬਾਅਦ ਸੋਸ਼ਲ ਡਿਸਟੈਂਸ। 3 ਚੀਜ਼ਾਂ ਦਾ ਬਹੁਤ ਜ਼ਰੂਰੀ ਆ, ਇਹ 3 ਚੀਜ਼ਾਂ 'ਚ ਆਪਾਂ ਬਚ ਸਕਦੇ ਹਾਂ ਉਹ ਨਹੀਂ ਬਚ ਸਕਦੇ। ਲੱਗਦਾ ਜੀ ਕਿਤੇ ਵਾਹਗਾ ਪੁਰਾਣੇ ਜਿਹੜੀ ਰੈਲੀ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਕੋਰੋਨਾ ਨੂੰ ਵੀ ਬੁਲਾਵਾ ਦਿੰਦੀ ਹੈ, ਲਾਪਰਵਾਹੀ ਨਜ਼ਰ ਆ ਰਹੀ ਹੈ। ਦੇਖੋ ਜੀ, ਜੇ ਅਸੀਂ ਉਹਨਾਂ ਦੀ ਰੈਲੀ ਬਾਰੇ ਅੱਜ ਕੁਛ ਕਹਾਂਗੇ ਤਾਂ ਇਹ ਕਹਿਣਗੇ ਜੀ ਸਾਡੀ ਰੈਲੀ 'ਤੇ ਇਹ ਜੈਲਸ ਆ। ਰੈਲੀ ਤਾਂ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਕਿ ਇਸ ਮੌਕੇ 'ਤੇ ਉਹ ਤਾਂ ਇੱਕ ਗੱਲਾਂ ਕਰਦੇ ਆ। ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕਿਸਾਨਾਂ ਲਈ ਕੀ ਕੀਤਾ, ਇਹ ਤਾਂ ਇੱਕ ਡਰਾਮਾ। ਉੱਥੇ ਤਾਂ ਬਿੱਲ ਪਾਸ ਕਰਤੇ, ਉੱਥੇ ਕਹਿੰਦਾ ਮੈਂ MSP ਕਹਿੰਦਾ, ਕਹਿੰਦਾ ਕਿੰਨੀ MSP ਦਿੱਤੀ ਆ, ਕਹਿੰਦਾ 200 ਏਕੜ। ਇੱਥੇ ਇੱਕ ਕਿਸਾਨ ਦੀ 100-200 ਏਕੜ ਹੋ ਜਾਂਦੀ ਆ। ਇਹ ਤਾਂ ਗੱਲਾਂ ਵਾਲੇ, ਡਰਾਮੇ ਵਾਲੇ ਆ। ਇਹ ਗੱਲਾਂ ਤਾਂ ਅੱਜ ਕੱਲ੍ਹ ਮਹਾਂਮਾਰੀ ਦੇ ਵਿੱਚ ਬਿਲਕੁਲ ਨਹੀਂ ਚਾਹੀਦੀਆਂ। ਜਿੰਨਾ ਆਪਾਂ ਧਿਆਨ ਰੱਖਾਂਗੇ ਓਨਾ ਹੀ ਘੱਟ। ਮਾਣ ਦੀ ਗੱਲ ਹੈ ਕਿ ਅਸੀਂ ਆਪ ਚੱਲ ਕੇ ਸਾਡੇ ਕੋਲ ਵਿਕਾਸ ਵਾਅਦਾ ਆਰੰਭ ਕਰਨ ਆਏ ਨੇ। ਮੈਂ ਬਹੁਤ ਵੱਡੇ ਮਾਣ ਨਾਲ ਅੱਜ ਇਹਨਾਂ ਅੱਗੇ 22 ਏਕੜੀਆਂ ਸੁਸਤਾਂ ਰੱਖਣੀ ਚਾਹੁੰਦਾ। ਮੈਂ ਫਿਰ ਸਭ ਜਾਣੀ ਜਾਣ ਨੇ, ਪਰ ਸਾਡਾ ਇੱਕ 22 ਏਕੜ ਦਾ ਛੋਟੇ ਦਾ ਮੁੱਦਾ ਵੀ ਹੈ। ਢਿੱਲੋਂ ਸਾਹਿਬ ਤੁਹਾਡੀ ਨਿਗਾਹ ਪਹਿਲਾਂ ਹੀ ਦੋ ਤੋਂ ਵਾਰੀ ਆ ਚੁੱਕੇ ਆ, ਤੁਸੀਂ ਸਾਡੀ ਬੇਨਤੀ ਮੰਨੀ ਵੀ ਹੈ, ਅੱਜ ਉਹਦੇ ਨੂੰ ਫਿਰ ਕੰਧ ਲੱਗ ਕਹਿ ਦਿਓ ਤੇ ਸਾਡੇ ਇਲਾਕੇ ਦੇ ਮਾਸਟਰ ਨੂੰ ਥੋੜੀ ਜਾਣ ਲੈ ਪਾਈ। ਕੇਵਲ ਸਿੰਘ ਢਿੱਲੋਂ ਜੀ, ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਜੀ ਆਇਆਂ ਆਖਦੇ ਆ,
उस दे नाल आई हुई संगत ने पूरे फतेह मनाने आ। वाहेगुरु जी का खालसा, वाहेगुरु जी की फतेह। आपां इलैक्शन तो पहला जिवें ढिल्लों साहब ने एक गल कही सी, उन्हां नूं जीआं दे नाल उन्हां दा धन्नवाद वी करदे आ कि इन्हां ने गल कह के गए सी वी कोड ऑफ कंडक्ट खत्म होण तों बाद सब तो पहला अपने वार्ड दा कम चलू। सो उन्हां नूं जिथे जीआं आ वार्ड तों बाहर रखदे आ, दिल दीआं गहराइआं चों आखदे आ, उत्थे उन्हां दा धन्नवाद वी करदे आ। उन्हां दे नाल साडे सत्कारयोग चेयरमैन इंप्रूवमेंट ट्रस्ट बरनाला दे श्री मखण शर्मा जी, साडे मार्केट कमेटी दे चेयरमैन अशोक कुमार जी, मेरे वीर अरजीत कुमार लुबी जी, साडे म्युनिसिपैलिटी दे नवे साथी जो मैंबर म्युनिसिपैलिटी दे चुने गए ने, मेरा वीर गुरदर्शन बराड़, साडा बहुत प्यारा मेरा वीर वड्डा जग्गू मोर जी, साडी वड्डी भैन सुखविंदर कौर शीतल जी, उस दे नाल मेरा बड़ा प्यारा भरा धर्मिंदर सैटी जी, साडे पप्पू कुल्फिया वाले जी, उस दे नाल साडा छोटा वीर अजय कुमार जो नाल ही मेरा जिथे बाल्मीक भाईचारे दे जो प्रधान बाल्मीक समाज के जो प्रधान ने विक्की बाल्मीकी जी, उस दे नाल उन्हां दे छोटे भरा साडा वीर विनय कुमार, ये सारे जो एम सी साहबान साढ़े सद्दे ते इत्थे पहुंचे ने, उन्हां नूं वी जीओ आखदे आ। एक साडे प्रधान जी धर्मा वीर, उन्हां नूं वी जीओ आखदे आ। उस दे नाल इत्थे 22 एकड़ दे समूह सारे मेरे वीर जिहड़े कल तो असीं जदों दा प्रोग्राम तय कीता उस दा अज मैं ये गल कहना चाहना कि सब तो वह तो थोड़ी बधाई होवे कि कैप्टन अमरिंदर सिंह महाराजा पटियाला चीफ मिनिस्टर पंजाब ने अपना शहर जेडे कि हिंदुस्तान के पंजाब के नहीं कुछ कु शहर ने जोड़े स्मार्ट सिटी आ अपना शहर स्मार्ट सिटी के पै चुके बाकी मैं ये कहना आया अज कि अब जो इंटरलॉकिंग की शुरुआत की गई है वो ही प्री मिक्स थी और मेरा वादा कि परसों तो काम शुरू हो जाएंगे। अगले 2 महीनों के 22 एकड़ के मैं फिर आना, कोई भी गली कोई वीही तो कोई सड़क नहीं होगी जिथे इंटरलॉकिंग टाइल या प्री मिक्स की क्या सरदार बाकी बहुत मैं खुशी की गल हुई है कि तुम जो दसिया कि इतने पार्क बना, मैं चेयरमैन साहब ने कहा कि जिन्ना पैसा लगता मैं लिया के दू दोनों असी 31 अप्रैल तक जी 3.5 एकड़ की पार्क की स्कीम है 31 अप्रैल में तुम लिख लो थोड़ी उसे सैर करावे जो बाकी जो भी रामा जी ने प्रधान जी ने और नरेशी जी ने दसिया ने ये बहुत जरूरी है कि इतने मेरी बाउंड्री वाल होनी चाहिए वो भी चेयरमैन साहब ने दसिया और गेट भी लगन वाले आजक सुरक्षा के तौर पर पहल के आधार पर रामा जी का वादा करता कि थोड़े बाउंड्री वाल से गेट स्मार्ट स्ट्रीट लाइट जो कुछ भी कहने हो जो 53 लाख 60 लाख 60 लाख आ सीवरेज का जरा दाणा मंडी आईलैंड तो लैके 16 एकड़ 22 एकड़ तक का ये पर भी 98 लाख का अभी जरा खर्चा करवा रहे हैं सारा बरनाले में एक नवे नमूने का शहर बना देना और छोटे सहयोग देना आ जड़िया दो कलोनिया ने 16 एकड़ 22 एकड़ मैं चेयरमैन साहब को कहता कि ऐसे नमूने जो बननिया चाहिए ने कि जोड़े चंडीगढ़ तो लुधियाने तो देख आने जो कलोनी देखनी है तो बरनाले जाके देखो जो तुम कहोगे मेरा वादा उ सिर्फ गल् नहीं होगा काम होगा
ਤੁਹਾਡੇ ਐਮਸੀ ਨੂੰ ਵੀ ਕਹਿਤਾ, ਤੁਹਾਡੇ ਚੇਅਰਮੈਨ ਨੂੰ ਵੀ ਕਹਿਤਾ, ਤੁਸੀਂ ਦੱਸੋ ਸਹੀ ਤੁਹਾਡੇ ਕੰਮ ਹੋਣਗੇ ਆ ਜਿਹੜਾ ਪਾਰਕ ਆ ਇਹ ਕੱਲ੍ਹ ਤੋਂ ਅਸੀਂ ਕੰਮ ਸ਼ੁਰੂ ਕਰਾ ਦੇਣਾ ਇਹ ਕੰਮ ਸ਼ੁਰੂ ਕਰਾ ਕੇ ਤੁਹਾਨੂੰ ਹੈਂਡ ਓਵਰ ਕਰ ਦੇਣਾ 31 ਅਪ੍ਰੈਲ ਨੂੰ ਤਾਂ ਕਿ ਸਾਰੇ ਆਪਣੇ ਸ਼ਹਿਰ ਕਰਨ ਜੇ ਤੰਦਰੁਸਤ ਤੋਂ ਕੈਪਟਨ ਸਾਹਿਬ ਦਾ ਵੀ ਨਾਰਾ ਤੰਦਰੁਸਤ ਪੰਜਾਬ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਔਰ ਇੱਕ ਮੈਂ ਤੁਹਾਨੂੰ ਬੇਨਤੀ ਕਰਨ ਲੱਗਿਆ ਕਰੋਨਾ ਦੇ ਬਾਰੇ ਕਿ ਦੁਬਾਰਾ ਫਿਰ ਇਹ ਕਰੋਨਾ ਦਾ ਮਹਾਂਮਾਰੀ ਦਾ ਦੌਰ ਆ ਰਿਹਾ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮਾਸਕ ਜ਼ਰੂਰ ਪਾਓ ਔਰ ਡਿਸਟੈਂਸ ਬਣਾਓ ਔਰ ਸੈਨੀਟਾਈਜ਼ ਦਾ ਜ਼ਰੂਰ ਯੂਜ਼ ਕਰੋ ਇਹੀ ਇੱਕ ਦਵਾਈ ਆ ਹੋਰ ਇਹਦੀ ਕੋਈ ਦਵਾਈ ਨਹੀਂ ਤੂੰ ਆਪਾਂ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਮਹਾਂਮਾਰੀ ਤੋਂ ਬਚਣਾ ਬਾਕੀ ਵਿਕਾਸ ਦਿਆ ਤੁਸੀਂ ਫਿਕਰ ਨਾ ਕਰੋ ਵਿਕਾਸ ਲਈ ਅਸੀਂ ਜੋ ਤੁਸੀਂ ਕਹੋਗੇ ਤੁਹਾਡਾ ਭਰਾ ਜੋ ਤੁਸੀਂ ਕਹੋਗੇ ਅੱਜ ਮੈਂ ਹਾਜ਼ਰ ਹਾਂ ਤੁਹਾਡੇ ਲਈ ਇੱਕ ਮੈਨੂੰ ਕਿਹਾ ਗਿਆ ਉਹਨਾਂ ਨੇ ਬਹੁਤ ਦੇਰ ਤੋਂ ਤੁਹਾਡੇ 22 ਏਕੜ ਦੀ ਮੰਗ ਆ ਸਕਿਉਰਿਟੀ ਹਾਲ ਦੀ ਉਹ ਵੀ ਚੇਅਰਮੈਨ ਸਾਹਿਬ ਨੂੰ ਕਹਿਤਾ ਉਹ ਇਹਦਾ ਟੈਂਡਰ ਲੱਗ ਚੁੱਕਿਆ ਬੁੱਧਵਾਰ ਨੂੰ ਪਾਸ ਹੋ ਜੂ ਤੁਹਾਡਾ ਕਮਿਊਨਿਟੀ ਹਾਲ ਨੂੰ ਬਣਾ ਕੇ ਦੇ